अगर आपने नई और ताज़ा खबरें देखने के लिए दिव्या पंजाब टीवी को सब्सक्राइब नहीं किया तो कृपया जरूर करें। ਤੇ ਉਹਨੇ ਟਾਕੂਆ ਚੱਕਿਆ, ਠਾਮ ਮਰਿਆ, ਬਿੱਲੇ ਦੀ ਪੂਛ ਅੱਧੀ ਰਹਿ ਗਈ, ਬਿੱਲੇ ਨੇ ਮਾਰੀ ਟਕੂਸੀ, ਉਹ ਗਿਆ ਤੇ ਕੋਈ ਸੁੱਖੀ ਭਾਜੀ ਵਰਗਾ ਜਾਂਦਾ, ਕਹਿੰਦਾ ਜੱਟਾ ਦੁੱਧ ਤਾਂ ਪੀ ਗਿਆ ਸੀ, ਹੁਣ ਕੀ ਤਕਲੀਫ ਹੈ, ਕਹਿੰਦਾ ਦੁੱਧ ਪੀਤੇ ਤਾਂ ਮੈਨੂੰ ਕੋਈ ਅਫਸੋਸ ਨਹੀਂ, ਜਿਹੜਾ ਮੂਛਾਂ ਨੂੰ ਤਾਹ ਦੇਈ ਜਾਂਦਾ ਸੀ ਉਹਦਾ ਅਫਸੋਸ ਹੈ, ਕਹਿੰਦਾ ਠੋਕੋ ਠੋਕੋ ਟਕਾ ਕੇ ਠੋਕੋ, ਇੱਕ ਤੇ ਕਰਦੇ ਆ ਚੋਰੀ, 10 ਸਾਲ ਦੀ ਚੋਰੀ, ਉਹ 10 ਸਾਲ ਇਹਨਾਂ ਨੂੰ ਦਿੱਤੇ ਆ, ਉਹ 10 ਮਹੀਨੇ ਕੈਪਟਨ ਸਾਹਿਬ ਨੂੰ ਵੀ ਦੇ ਦਿਓ, ਟਕਾ ਕੇ ਮਾਰੋ ਜਿਹੜਾ ਤਾਲਾ, 10 ਸਾਲ 10 ਮਹੀਨੇ ਸਾਨੂੰ ਵੀ ਤਾਂ ਦੇ ਦਿਓ, ਫਿਰ 10 ਮਹੀਨਿਆਂ ਬਾਅਦ ਅਸੀਂ ਵੀ ਤੁਹਾਨੂੰ ਦੱਸ ਦਿਆਂਗੇ ਵੀ ਕੀ ਕਰਨਾ ਅਸੀਂ ਤੇ ਕੀ ਨਹੀਂ ਕਰਨਾ। ਤਾਂ ਵੀਰੋ ਅਖੀਰ ਦੇ ਵਿੱਚ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਮੈਂ ਤੇ ਤੁਹਾਡੇ 'ਚ ਅਲਖ ਜਗਾਉਣ ਆਇਆ। ਵੀਰੋ ਪੰਜਾਬੀ ਮੰਗਦਾ ਸਨਮਾਨ, ਪੰਜਾਬੀ ਮੰਗਦਾ ਇੱਜ਼ਤ, ਦੱਸੋ ਕਿਹਨੂੰ ਇੱਜ਼ਤ ਦਿੱਤੀ ਇਹਨਾਂ ਨੇ? ਧੌਣ 'ਚ ਸਰੀਆ ਪਾ ਕੇ ਇਹਨਾਂ ਨੇ ਭੈ ਦੀ ਰਾਜਨੀਤੀ ਕੀਤੀ ਹੈ, ਇਹਨਾਂ ਨੇ ਪੱਗਾਂ ਲਾ ਦਿੱਤੀਆਂ। ਤੇ ਅੱਜ ਜੇ ਸ਼ਹੀਦ ਭਗਤ ਸਿੰਘ ਜਿਉਂਦਾ ਹੁੰਦਾ ਤੇ ਇਹਨਾਂ ਬਾਰੇ ਇਹੀ ਕਹਿੰਦਾ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ, ਓਏ ਪੈਰੀਆਂ ਨੇ ਅੱਜ ਤੇਰਾ ਲੁੱਟ ਲਿਆ ਮਾਲ। ਓਏ ਵੀਰੋ ਇਹ ਸਨਮਾਨ ਦੇ ਲਈ ਆਪਾਂ ਲੜ ਰਹੇ ਹਾਂ, ਆਪਾਂ ਕਿਸਾਨ ਦੇ ਲਈ ਲੜ ਰਹੇ ਹਾਂ, ਗਰੀਬ ਦੀ ਰੋਟੀ ਦੇ ਲਈ ਲੜ ਰਹੇ ਹਾਂ। ਇੱਥੇ ਚੰਨੀ ਵੀਰ ਬੈਠਾ ਮੇਰਾ ਭਰਾ, ਚੰਨੀ ਭਾ ਬੈਠਾ, ਚੰਨੀ ਭਾ ਉੱਠੀ ਜਰਾ ਯਾਰ, ਉੱਠੀ ਉੱਠੀ ਮਿੱਤਰਾ ਉੱਠ, ਚੰਨੀ ਭਾ ਬੈਠਾ, 50,000 ਮੁੰਡਿਆਂ ਨੂੰ ਨੌਕਰੀ ਦਿੱਤੀ ਹੈ, ਠੋਕ ਕੇ ਮਾਰੋ ਤਾੜੀ ਰੱਟ ਟਕਾ ਕੇ ਕੈਪਟਨ ਸਾਹਿਬ ਨੂੰ ਖੜਾ ਕਰਕੇ। ਇਹ ਛੋਟੀਆਂ ਮੋਟੀਆਂ ਗੱਲਾਂ ਨੇ, ਤੇ ਇਹਨਾਂ ਨੂੰ ਪੁੱਛੋ ਤੁਸੀਂ ਕੀ ਕੀਤਾ, ਤੁਸੀਂ 10 ਸਾਲਾਂ ਦੇ ਵਿੱਚ ਕੀ ਕੀਤਾ, ਕਿਉਂ ਤੁਹਾਨੂੰ ਤੀਜੇ ਨੰਬਰ ਦੇ ਉੱਤੇ ਆ ਗਿਆ? ਇੱਕ ਬੰਦੇ ਦਾ ਵਿਆਹ ਨਹੀਂ ਹੁੰਦਾ ਸੀ, ਉਹਦਾ ਨਾਮ ਸੀ ਮੁਖਤਿਆਰ ਸਿੰਘ, ਉਹਦਾ ਵਿਆਹ ਨਹੀਂ ਸੀ ਹੁੰਦਾ, ਉਹਨੇ ਪੀਰ ਬਾਬੇ ਬਲਟੋਈ ਦੀ ਮਜ਼ਾਰ ਤੇ ਸੁੱਖਣਾ ਸੁੱਖੀ ਕਹਿੰਦਾ, ਬਾਬਾ ਮੇਰਾ ਵਿਆਹ ਕਰਾ ਦੇ, 100 ਚਿਰਾਗ ਜਲਾਊ, 40-40 ਦਿਨ 100 ਦੇਸੀ ਘਿਓ ਦੇ। ਲਓ ਜੀ ਉਹਨੇ ਹਰ ਰੋਜ਼ 100-100 ਚਿਰਾਗ ਜਲਾਏ, ਜਦੋਂ 39ਵਾਂ ਦਿਨ ਆਇਆ ਪਿੱਛੋਂ ਆਵਾਜ਼ ਆਈ 40ਵਾਂ ਦਿਨ ਆਇਆ, ਜਦੋਂ ਉਹਨੇ 2 ਕੀ ਫੂਕੇ ਸੀ ਹਲੇ, ਕਹਿੰਦੇ ਮੁਖਤਿਆਰ ਸਿਆ, ਉਹਨੇ ਕਿਹਾ ਲੈ ਵੀ ਮੁਕਲਾਵਾ ਆ ਗਿਆ। ਉਹਨੇ ਫਟੋ ਫਟ ਫਟੋ ਫਟ 3-4 ਹੋਰ ਵਾਲੇ, ਉਹ ਕਹਿੰਦਾ ਮੁਖਤਿਆਰ ਸਿਆ, ਕਹਿੰਦਾ 10 ਸੋਹਣੀ ਹੈ, ਚਿੱਟੀ ਹੈ, ਉੱਚੀ ਹੈ, ਲੰਬੀ ਹੈ, ਕਹਿੰਦਾ ਮੁਖਤਿਆਰ ਸਿਆ ਤੇਰੀ ਮਾਂ ਮਰ ਗਈ। ਓਏ ਕਹਿੰਦਾ ਹੈ ਮਾਂ ਮਰ ਗਈ? ਕਹਿੰਦਾ ਵਾਹ ਤੇਰੇ ਪੀਰ ਬਾਬਾ ਪਲਟੋਈ, ਉਹ ਵਾਹ ਤੇਰੇ ਪੀਰ ਬਾਬਾ ਪਲਟੋਈ, ਤਾਂ ਨਵੀਂ ਲਾੜੀ ਤਾਂ ਕੀ ਦੇਣੀ ਸੀ, ਮੇਰੇ ਬਾਪੂ ਵਾਲੀ ਵੀ ਖੋਈ, ਠੋਕੋ ਠੋਕੋ ਟਕਾ ਕੇ ਠੋਕੋ ਤਾੜੀ। ਆਹੀ ਕੁਛ ਇਹਨਾਂ ਨੇ ਕੀਤਾ, ਉਹ ਜੋ ਤੁਹਾਡੇ ਪੱਲੇ ਸੀ ਸਾਰਾ ਖੋਲਿਆ, ਜੋ ਤੁਹਾਡੇ ਕੋਲ ਸੀ ਉਹ ਸਾਰਾ ਖੋਲਿਆ। ਤੇ ਅੱਜ ਜੇ ਕੋਈ ਦਾਨਿਸ਼ਮੰਦ ਜਿਹੜਾ ਇਹਨਾਂ ਨੂੰ ਸਜ਼ਾ ਵੀ ਨਹੀਂ ਦਿੰਦਾ, ਔਰ ਤੁਹਾਨੂੰ ਕਹਿੰਦਾ ਵੀ ਤੁਹਾਨੂੰ ਵਿਕਾਸ ਕਰਾ ਕੇ ਕਰੂੰਗਾ, ਔਰ ਮੈਨੂੰ ਕਹਿੰਦਾ ਬੁਲਾ ਕੇ ਬੇਟਾ ਵਿਕਾਸ ਵਿਕਾਸ ਵਿਕਾਸ, ਤੇ ਬੋਲਦਾ ਇਹ ਖਾਲੀ ਖਜ਼ਾਨੇ ਵਾਲੀ ਸਰਕਾਰ, ਦੇਖਣਾ ਜਦੋਂ ਇਹਦੇ ਮੂਹਰੇ ਖੜੋ ਥੁੱਕ ਸਕਦਾ ਹੈ, ਮੈਂ ਤਾਂ 1.5 ਕਿਲੋਮੀਟਰ ਦੂਰ ਖੜਦਾ ਹੈ ਤੂੰ, ਖਾਲੀ ਸ਼ਲਗਾਨੇ ਵਾਲੀ ਸਰਕਾਰ। ਲੈ ਸੁਣੋ ਏ ਲੰਬੂ, ਸੁਣ ਸੁਣ, ਆ ਸਿੱਧੂ ਬੋਲਦਾ ਤੇਰੇ ਖਾਤਰ, 450 ਕਰੋੜ ਰੁਪਈਏ ਅਨਾਊਂਸ ਕੀਤੇ ਕੈਪਟਨ ਅਮਰਿੰਦਰ ਸਿੰਘ ਨੇ, 450 ਕਰੋੜ ਰੁਪਈਏ। ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਠੋਕੋ ਯਾਰ ਟਕਾ ਕੇ, ਗੁਰਦਾਸਪੁਰ ਤੇ ਪਠਾਨਕੋਟ ਨੂੰ ਭੈਣ ਮੇਰੀ ਬੈਠੀ ਹੈ ਇੱਥੇ, ਮਨਿਸਟਰ ਸਾਹਿਬ, ਭੈਣ ਜੀ ਅੱਗੇ ਖੜੇ ਹੋ ਜਰਾ, ਭੈਣ ਜੀ ਉਹ ਭੈਣ ਜੀ ਅੱਗੇ ਖੜੇ ਹੋ ਜਰਾ, ਆਹ ਦੇਖੋ ਭੈਣ ਮੇਰੀ ਬੈਠੀ ਆ, ਕੰਸਟੀਚੁਐਂਸੀ ਚੋਂ ਨਹੀਂ ਨਿਕਲੀ, 40 ਠੋਕੋ ਜਰਾ ਟਕਾ ਕੇ, 30,000 ਤੇ ਜਿਤਾਈ ਆ, ਹੁਣ 45 ਤੇ ਜਿਤਾਉਣੀ ਆ, ਠੀਕ ਹੈ ਕਿ ਨਹੀਂ? ਹਾਂ ਚਿੱਟਾ ਮੈਂ ਸੁਣਾਉ ਨਾ ਤੈਨੂੰ, ਲੈ ਤੂੰ ਪਹਿਲਾਂ ਕਾਹਲੀ ਪਈ ਆ, ਲੈ ਬੀਬੀ ਮੈਂ ਤੈਨੂੰ ਸੁਣਾ ਦਿੰਦਾ, ਲੈ ਸੁਣੋ ਲੰਬੂ, ਆਹ ਤੇਰੀ ਖਾਤਰ ਬਣਾ ਕੇ ਲਿਆਇਆ ਸਿੱਧੂ, ਸੁਣ ਕੀ ਕਹਿੰਦਾ ਸਿੱਧੂ, ਅੰਨੀ ਦਿਆਂ ਨੈਣਾਂ ਨੂੰ ਖੁਮਾਰ ਆਇਆ, ਅੰਨੀ ਦਿਆਂ ਨੈਣਾਂ ਨੂੰ ਖੁਮਾਰ ਆਇਆ, ਅੱਜ
ਗੰਜੀ ਨੂੰ ਕੰਘੀ ਦਾ ਪਿਆਰ ਆਇਆ। ਵੇਚੇ ਸੀ ਜਿਨ੍ਹਾਂ ਨੇ ਚਿੱਟੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਪਿਛਲੀ ਅਕਾਲੀ ਭਾਜਪਾ ਦੇ ਵਿੱਚ ਉਹਨਾਂ ਦਾ ਵਜ਼ੀਰਾਂ ਦੇ ਵਿੱਚ ਸ਼ੁਮਾਰ ਆਇਆ। ਉਹ ਝੂਠ ਬੋਲਦਾ ਸਿੱਧੂ, ਸੱਚ ਬੋਲਦਾ ਹੈ। ਬੇਨਾਸ਼ ਕਰਨ ਵਾਲੇ ਲੋਕ ਨੇ ਇਹ, 6 ਮਹੀਨਿਆਂ 'ਚ ਸਾਨੂੰ ਪੁੱਠਾ ਪਾਉਂਦੇ ਪੈਂਦੇ ਆ। ਦੋ ਚਾਰਾਂ ਦੇ ਪਾਓ, ਇਹ ਕੋਲਿਆਂ ਵਾਲੀ, ਇਹ ਪੀਲਿਆਂ ਵਾਲੀ, ਇਹ ਟਿੰਪੀ ਡੁੰਪੀ, ਜਿੰਨੇ ਵੀ ਨੇ ਦੋ ਚਾਰਾਂ ਦੇ ਪਟੇ ਲਾਓ। ਜੇ ਬੰਦੇ ਦੇ ਪੁੱਤ ਨਾ ਬਣਨ ਤਾਂ ਮੈਨੂੰ ਕਹਿਣਾ, ਤੇ ਬੰਦੇ ਦੇ ਪੁੱਤ ਬਣਾਉਣੇ ਚਾਹੀਦੇ ਆ, ਬਣਾਉਣੇ ਚਾਹੀਦੇ ਆ ਬੰਦੇ ਦੇ ਪੁੱਤ। ਵੀਰੋ ਹੁਣ ਮੈਂ ਆਮ ਆਦਮੀ ਪਾਰਟੀ ਦੀ ਗੱਲ ਕੀ ਕਰਨੀ ਯਾਰ, ਜ਼ਿਆਦਾ ਕਰੂੰ ਕਰਦਿਆਂ ਜਦੋਂ ਮੈਂ ਪੰਜਾਬ 'ਚ ਫਿਰਦਾ ਹੁੰਦਾ ਨਾ, ਇਹਨਾਂ ਦੀ ਧੂੜ ਜੀ ਪੱਟੀ ਹੋਈ ਸੀ, ਤੇ ਮੈਂ ਪੰਜਾਬ 'ਚ ਫਿਰਦਾ ਹੁੰਦਾ ਤੇ ਪੰਜਾਬ 'ਚ ਹਰ ਥਾਂ ਦੇ ਉੱਤੇ ਪੋਸਟਰ ਲੱਗੇ ਹੁੰਦੇ, ਇਹ ਬਾਣੀਏ ਦੇ, ਇਹ ਬੋਲੀ ਸੂਰਤ ਦਿਲ ਕੇ ਖੋਟੇ ਇਹਦੇ, ਤੇ ਕੀ ਲਿਖਿਆ ਹੁੰਦਾ, ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਤੇ ਉੱਥੇ ਮੈਂ ਪੱਟ ਕੇ ਕਾਲੇ ਸਿਆਹ ਨਾਲ ਲਾਇਆ ਉੱਥੇ, ਕੇਜਰੀਵਾਲ ਕੇਜਰੀਵਾਲ, ਇਲੈਕਸ਼ਨ ਤੋਂ ਬਾਅਦ ਆਹ ਕੀ ਬਣਿਆ ਤੇਰੇ ਨਾਲ, ਟੋਕੋ ਟੋਕੋ ਟਕਾ ਕੇ ਠੋਕੋ। ਤੇ ਮਿੱਤਰਾ ਮਿੱਤਰਾ 7 ਸੀਟਾਂ ਲੜੀ ਇਹ, ਆਹ ਸੁਣ ਲਓ ਪ੍ਰੈਸ ਦੇ ਵੀਰੋ, 7 ਸੀਟਾਂ ਦੇ ਉੱਤੇ ਭੈਣ ਮੇਰੀ ਬੈਠੀ ਆ ਮੰਤਰੀ, ਨਾਲ ਭਰਾ ਖੜੋਤਾ ਤ੍ਰਿਪਤ ਭਾਜੀ। ਕਿੱਥੇ ਤ੍ਰਿਪਤ ਭਾਜੀ ਯਾਰ, ਆਲੇ ਮੁੱਛਾਂ ਹੁੰਦੇ ਮੇਰੇ ਤਾਂ, ਵਿਆਹ ਤੋਂ ਬਾਅਦ ਵੀ ਮੁੱਛਾਂ ਨੀਵੀਆਂ ਹੋ ਗਈਆਂ ਇਹਨਾਂ ਨੇ, ਵਿਆਹ ਤੋਂ ਬਾਅਦ ਵੀ ਖੜੀਆਂ ਰੱਖੀਆਂ, ਤਾੜੀ ਮਾਰੋ ਠੋਕ ਕੇ ਯਾਰ ਇਹਨਾਂ ਦੀ, ਹੈਂ ਜਿਉਂਦੇ ਸ਼ਹੀਦਾਂ 'ਚ ਆ ਕੇ ਵੀ ਖੜੀਆਂ ਰੱਖੀਆਂ ਇਹਨਾਂ ਨੇ, ਠੀਕ ਨਹੀਂ। ਵੇਖੋ 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 ਇਹ ਕਿੱਡੇ ਸੂਰਮੇ ਨੇ, ਆਪਾਂ ਇਹਨਾਂ ਨੂੰ ਤਾਰੀਫ ਨਹੀਂ ਕਰਦੇ, ਆਪਾਂ ਉਹ ਕਿੱਥੇ ਆ ਯਾਰ, ਗੁਰਦਾਸਪੁਰ ਵਾਲਾ ਹੋਰ ਕੋਈ ਹੈਗਾ, ਖੜਾ ਹੋ ਯਾਰ। ਆਹ ਦੇਖੋ ਆਹ ਵੇਖੋ, ਵਿਆਹ ਤੋਂ ਬਾਅਦ ਇਹਨਾਂ ਦੇ ਵੀ ਬਾਲ ਨਹੀਂ ਝੜੇ, ਕਾਲੇ ਆ ਪੂਰੇ, ਟਕਾ ਕੇ ਦੇਖ ਲਓ, ਡਾਈ ਦੇ ਦੀ ਡਾਇਟ ਦੀ ਪੂਰੀ, ਠੋਕੋ ਠੋਕੋ ਟਕਾ ਕੇ। ਵੀਰੋ ਇਹ ਯੋਧੇ ਨੇ, ਇਹ ਯੋਧੇ ਨੇ, ਲਾਤੀ ਆ ਓਏ ਮਿੱਤਰਾ, ਫਤਿਹ ਭਾਜੀ ਕਹਿੰਦੇ, ਫਤਿਹ ਭਾਜੀ ਰੁੱਸਿਆ, ਉਹ ਫਤਿਹ ਭਾਜੀ ਤੇ ਮਜੀਠੀਆਂ ਮਜੂਠੀਆਂ ਨੂੰ ਰੁੱਸਿਆ, ਪਿੱਛੇ ਦੇਖਿਓ ਪਿਛਵਾੜਾ ਬਾਂਦਰ ਵਰਗਾ ਕਰਦੇ ਆ, ਥਾਂ ਥਾਂ ਆਓ ਆਓ ਜੀ ਆਓ 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 ਆ ਦੇਖ, ਖੜੋਤੇ ਯੋਧੇ ਕੈਪਟਨ ਸਾਹਿਬ ਦੇ, ਆ ਖੜੋਤੇ ਯੋਧੇ ਜਾਖੜ ਸਾਹਿਬ ਦੇ, ਆ ਮੇਰਾ ਅਮਿਤ ਦੇਖੋ, ਇਹ ਪਤਾ ਨੀ ਕਿੱਥੇ ਫਸ ਗਿਆ, ਤਾਂ ਫਿਲਮਾਂ 'ਚ ਹੀ ਹੋਣਾ ਚਾਹੀਦਾ ਸੀ, ਏਡਾ ਸੋਹਣਾ ਮੁੰਡਾ। ਟੋਕੋ ਟੋਕੋ ਇਹਦੇ ਲਈ ਵੀ ਤਾੜੀ। ਵੀਰੋ ਮੈਂ ਹੁਣ ਇਹਨਾਂ ਦੀ ਗੱਲ ਦੇ ਉੱਤੇ ਫੁੱਲ ਚਾੜ ਕੇ ਤੁਹਾਨੂੰ ਕਹਿਣਾ ਕਿ ਸੇਖੜੀ ਸਾਹਿਬ ਮੇਰਾ ਭਰਾ ਲੰਮਾ ਉੱਚਾ, ਜਦੋਂ ਕਿਤੇ ਖੰਗਾਰਾ ਮਾਰਦਾ ਥਣਦਾਰ ਦੀ ਪੈਂਟ ਗਿੱਲੀ ਕਰ ਦਿੰਦਾ, ਠੋਕੋ ਦੇ ਨਾਂ ਦੀ ਤਾੜੀ, ਠੋਕੋ ਠੋਕੋ ਟਿਕਾ ਕੇ। ਵੀਰੋ ਇਹ ਯੋਧੇ, ਇਹ ਯੋਧਿਆਂ ਨੇ 7 ਸੀਟਾਂ ਦੇ ਉੱਤੇ ਜਮਾਨਤ ਜ਼ਬਤ ਕਰਾਈ ਸੀ ਆਮ ਆਦਮੀ ਪਾਰਟੀ ਦੀ, ਮੈਂ ਠੀਕ ਕਹਿੰਦਾ ਕਿ ਨਹੀਂ ਕਹਿੰਦਾ, ਔਰ ਤੁਸੀਂ ਕੀਤੀ ਆ ਠੋਕੋ ਤਾੜੀ ਟਿਕਾ ਕੇ। ਹੁਣ ਮੈਂ ਟਿਕਾ ਕੇ ਗੱਲ ਕਹਿ ਰਿਹਾ, ਔਰ ਗੱਲ ਮੈਂ ਇੱਥੇ ਮੁਕਾ ਦੇਣੀ ਹੈ, ਔਰ ਢੰਗ ਨਾਲ ਮੁਕਾਣੀ ਹੈ। 7 ਸੀਟਾਂ ਦੇ ਉੱਤੇ ਜਮਾਨਤ ਹੋਈ ਆਮ ਆਦਮੀ ਪਾਰਟੀ ਦੀ ਗੁਰਦਾਸਪੁਰ 'ਚ, ਤੇ ਸਲਾਰੀਏ ਦੇ ਤੇ ਹਸਪਤਾਲ ਦੀ ਉਹ ਜਮਾਨਤ ਜ਼ਬਤ ਹੋ ਗਈ 10 ਕਰੋੜ ਰੁਪਈਏ, ਇਹ ਨਾ ਜਿੱਤਣਾ ਕਿੱਥੋਂ ਹੈ ਟੋਕੋ, 10 ਕਰੋੜ ਰੁਪਈਏ ਹਸਪਤਾਲ ਜਿਹੜਾ ਇਹਨੇ ਖੋਲਿਆ, 10 ਕਰੋੜ ਰੁਪਈਏ। ਵੀਰੋ 500-700 ਮੁੰਡਾ ਜਿਹਨਾਂ ਨੇ ਮੈਰਿਟ ਦੇ ਵਿੱਚ ਆਪਣਾ ਟੈਸਟ ਕਲੀਅਰ ਕਰਕੇ ਪਾਸ ਹੋ ਕੇ ਕੱਲ ਚ ਐਡਮਿਸ਼ਨ ਲਿੱਤੀ, ਉਹਨਾਂ ਦੇ ਜੀਵਨ ਬਰਬਾਦ ਕਰਤੇ, ਇਹਦੀ ਇਲੈਕਸ਼ਨ ਕਿੱਥੋਂ ਉੱਠਣੀ ਹੈ, ਉੱਠਣੀ ਕਿੱਥੋਂ ਹੈ। ਤੇ ਭਾਈ ਬੀਜੇਪੀ ਅਕਾਲੀ ਦਲ ਦੇ ਲੜ ਮਰਦੀ, ਇਹਨਾਂ ਦੇ ਪੱਲੇ ਕੱਖ ਨਹੀਂ ਛੱਡਿਆ, ਜਥੇਦਾਰ ਅਕਾਲੀ ਦਲ ਦਾ ਇਹਨਾਂ ਤੇ ਹਕੂਮਤ ਕਰਦਾ ਰਿਹਾ।
ਮੈਂ ਆਪਦੀ ਗੱਲ ਤੁਹਾਨੂੰ ਦੱਸ ਰਿਹਾ, ਮੈਂ ਐਮਐਲ ਐਮਪੀ ਬਣਿਆ ਜਦੋਂ ਤਾਂ ਮੈਂ ਐਮਪੀ ਬਣਨਾ ਸੀ, ਇਹਨਾਂ ਨੇ ਮੇਰੇ ਮੈਨੂੰ ਮੂਹਰੇ ਰੱਖਣਾ ਸਿੱਧੂ ਸ਼ਾਹ ਸਿੱਧੂ ਸ਼ਾਹ। ਤੇ ਜਦੋਂ ਸਿੱਧੂ ਜਿੱਤ ਗਿਆ ਤੇ ਸ਼ਹੀਦ ਭਗਤ ਸਿੰਘ ਦੇ ਪਹਿਲੇ ਫੰਕਸ਼ਨ 'ਚ ਮੈਂ ਚੜਿਆ, ਮੈਂ ਕਿਹਾ ਸਤਿ ਸ਼੍ਰੀ ਅਕਾਲ ਕਹੋ, ਮਤਲਬ ਨਿਕਲ ਗਿਆ ਹੈ ਤੋ ਪਹਿਚਾਨਤੇ ਨਹੀਂ, ਯੂੰ ਜਾ ਰਹੇ ਹੈ ਜੈਸੇ ਹਮੇ ਜਾਣਤੇ ਨਹੀਂ, ਐਸਾ ਮੀਸਣਾ ਮਚਲਾ ਬੁੜਾ, ਕਹਿੰਦਾ ਬੋਲਣਾ ਹੀ ਨਹੀਂ। ਤੇ ਜਦੋਂ ਸੁੱਖੇ ਗੱਪੀ ਦੀ ਵਾਰੀ ਆਈ ਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਆਉਣਾ ਸੀ, ਉਹ ਕਹਿੰਦਾ ਸਿੱਧੂ ਨੂੰ ਕੋਲ ਨਾ ਖੜਾ ਕਰਿਓ, ਮੁੰਡਾ ਸੋਹਣਾ ਸੁਣਕ ਹੈ, ਮੇਰੀ ਫੋਟੋ ਨਹੀਂ ਆਣੀ, ਪਰੇ ਦਰਬਾਰ ਸਾਹਿਬ ਦੇ ਪਰੇ ਰੱਖੋ। ਆਹ ਤਾਂ ਸਲੂਕ ਕਰਦੇ ਆ, ਇਹ ਕੀ ਵਜੂਦ ਹੈ ਦੱਸੋ, ਕੀ ਵਜੂਦ ਹੈ ਇੱਕ ਨੈਸ਼ਨਲ ਪਾਰਟੀ ਦਾ, ਵੋਟ ਲੈਂਦੇ ਨੈਸ਼ਨਲ ਪਾਰਟੀ ਦੇ ਨਾਂ ਦੇ ਉੱਤੇ ਤੇ ਉਹਨਾਂ ਦੀ ਦਿੱਤੀ ਤਾਕਤ ਉਹਨਾਂ ਦੇ ਸਿਰ ਦੇ ਉੱਤੇ ਜੁੱਤੀ ਬਣਾ ਕੇ ਭਰਾਉਂਦੇ ਆ। ਇਹ ਵੋਟ ਜਿਹੜੀ ਤੁਸੀਂ ਪਾਉਣੀ ਹੈ ਵੀਰੋ, ਸੋਚ ਸਮਝ ਕੇ ਪਾਉਣਾ, ਇਹ ਵੋਟ ਦੇਣ ਦਾ ਅਧਿਕਾਰ ਤੁਹਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਨੇ ਦਿੱਤਾ, ਤੁਹਾਨੂੰ ਰਾਜਗੁਰੂ ਸੁਖਦੇਵ ਨੇ ਦਿੱਤਾ। ਇਹ ਬੁਲਟ ਦੀ ਲੜਾਈ ਨਹੀਂ ਬੈਲਟ ਦੀ ਹੈ, ਇਹ ਵੋਟ ਨਾਲ ਚੋਟ ਕਰਨ ਦਾ ਸਮਾਂ। ਇਹਨਾਂ ਇਕੱਲੇ ਕੁਛ ਨਹੀਂ, ਇਹਨਾਂ ਆਉਣਾ ਰਾਤ ਨੂੰ ਦਾਰੂ ਵੱਜਣੀ ਹੈ, ਇਹ ਗੁੱਗਿਆਂ ਵਾਂਗ ਨਿਕਲਦੇ ਆ ਰਾਤ ਨੂੰ ਗਰ ਗਰ ਗਰ, ਉਹ ਦੁੱਧ ਰੱਖ ਦਿੰਦੀਆਂ ਜਿਨ੍ਹਾਂ ਨੇ ਗੁੱਗੇ ਨੇ ਦੁੱਧ ਪੀਤਾ, ਫਿਰ ਅੰਦਰ ਥੜਕ ਦੇਣੇ। ਇਹ ਤਿੰਨਾਂ ਸਾਲਾਂ ਵਾਂਗ ਨਿਕਲੇ ਆ, ਇਹ ਸਿਰਫ ਸ਼ਰਾਬ ਸ਼ੁਰੂ ਵੰਡਣਗੇ ਤੇ ਜਦੋਂ ਆਉਣ ਤੁਹਾਡੇ ਪਿੰਡਾਂ ਦੇ ਵਿੱਚ ਸ਼ਰਾਬ ਵੰਡਣ, ਉਹ ਮਲਕੀਤ ਵਾਲਾ ਗਾਣਾ ਲਾ ਲੈਣਾ, ਰਾਤੀ ਮਿਲਣਾ ਹੀ ਉਹ ਪਿੰਡ ਪਹਿਰਾ ਲੱਗਦਾ। ਟੋਕੋ ਟੋਕੋ ਬੀਜੇਪੀ ਦੇ ਪੱਲੇ ਕੱਖ ਨਹੀਂ, ਮੈਂ ਕਹਿ ਰਿਹਾ ਤੁਹਾਨੂੰ ਹੰਡਾਇਆ ਮੈਂ, ਇਹ ਵੋਟ ਜਿਹੜੀ ਪਾਉਣੀ ਹੈ ਇਹ ਸੁਖਬੀਰ ਦੀ ਜੇਬ 'ਚ ਜਾਣੀ ਹੈ, ਭਾਵੇਂ ਉਹਦੀ ਜਿਵੇਂ ਪਾਰਟੀ ਹੈ ਫਿਰ ਵੀ ਉਹਨੇ ਸਾਂਭ ਲੈਣੀ ਹੈ। ਮੈਂ ਦੱਸ ਰਿਹਾ ਤੁਹਾਨੂੰ ਵੀਰੋ, ਇੱਕ ਗੱਡੀ ਲਈ ਬੰਦੇ ਨੇ, ਕੈਪਟਨ ਸਾਹਿਬ ਮੈਂ ਤੁਹਾਨੂੰ ਸੁਣਾ ਰਿਹਾ ਵੀ ਇਹਨਾਂ ਦਾ ਹਾਲ ਕੀ ਹੈ, ਇੱਥੇ ਫੋਰਡ ਗੱਡੀ ਲਈ ਉਹਨੇ ਫੋਰਡ ਗੱਡੀ ਲਈ, ਸ਼ੋਰੂਮ ਚੋਂ ਕਢਾਈ ਨਵੀਂ, ਲਿਚੂ ਲਿਚੂ ਕਰਦੀ, ਆਪਾਂ ਕਹਿੰਦੇ ਲਿਸ਼ ਲਿਸ਼ ਕਰਦੀ, ਲਿਸ਼ ਲਿਸ਼ ਹੈ, ਲਿਸ਼ ਲਿਸ਼ ਕਰਦੀ ਗੱਡੀ ਕੱਢੀ ਉਹਨੇ, ਉਹ ਕਿਲੋਮੀਟਰ ਦੂਰ ਜਾ ਕੇ ਖੜ ਗਈ। ਉਹ ਕਹਿੰਦਾ ਖੜ ਕਿਵੇਂ ਗਈ, ਉਹ ਨਵੀਂ ਗੱਡੀ ਕਿਵੇਂ ਖੜ ਗਈ, ਇੰਜੀਨੀਅਰ ਬੁਲਾਇਆ ਉਹਨਾਂ, ਬੋਨਟ ਚੱਕਿਆ, ਇੰਜਣ ਹੈ ਨਹੀਂ, ਇੰਜਣ ਹੈ ਨਹੀਂ। ਉਹ ਕਹਿੰਦੇ ਯਾਰ ਕਿਲੋਮੀਟਰ ਆ ਕਿਵੇਂ ਗਈ, ਕਹਿੰਦੇ ਰੈਪੂਟੇਸ਼ਨ 'ਤੇ ਹੀ ਆ ਗਈ, ਇਹ ਤਾਂ ਕਹਿੰਦਾ ਇਹਦੀ ਰੈਪੂਟੇਸ਼ਨ 'ਤੇ ਚੱਲ ਰਿਹਾ ਮਿੱਤਰੋ, ਇਹਨਾਂ ਦਾ ਕੱਖ ਨਹੀਂ ਗਾ। ਸੋ ਮੈਂ ਹੁਣ ਦੋਵੇਂ ਹੱਥ ਖੜੇ ਕਰਕੇ ਨਾਰਾ ਲਵਾਉਣਾ ਤੁਹਾਤੋਂ, ਨਾਰਾ ਲਾ ਦਿਓ ਤੇ ਪਤਾ ਲੱਗੇ ਸਲਾਰੀਆ ਸਾਹਿਬ ਨੂੰ, ਪਤਾ ਲੱਗੇ ਸੁੱਖੇ ਗੱਪੀ ਨੂੰ, ਤੇ ਪਤਾ ਲੱਗੇ ਇਹਨੂੰ ਚਟੇ ਵੇਚਣ ਵਾਲੇ ਨੂੰ ਵੀ ਕੋਈ ਯੋਧੇ ਖੜੇ ਆ ਸੱਚ ਦੀ ਲੜਾਈ ਲੜਨ ਲਈ। ਠੋਕਦੇ ਹੋ ਜਿਹੜਾ ਹੱਥ ਖੜਾ ਕਰਕੇ ਬੋਲੇ ਸੋ ਰਿਹਾ। ਅਖੀਰ 'ਚ ਇੰਨਾ ਹੀ ਕਹੂੰਗਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜੀ ਅੰਮ੍ਰਿਤਸਰ ਆ ਕੇ ਇਲੈਕਸ਼ਨ ਜਿੱਤ ਸਕਦੇ ਆ ਪਟਿਆਲੇ ਤੋਂ, ਜੇ ਨਵਜੋਤ ਸਿੰਘ ਸਿੱਧੂ ਚਾਰ ਇਲੈਕਸ਼ਨ ਇੱਕ ਘਰ ਵਾਲੀ ਤੇ ਉਦੋਂ ਦੋ ਹੋਰ ਛੇ ਇਲੈਕਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਟਿਆਲਿਓਂ ਆ ਕੇ ਜਿੱਤ ਸਕਦੇ ਆ, ਤੇ ਮੇਰਾ ਭਰਾ ਸੁਨੀਲ ਜਾਖੜ ਪੰਜਾਬ ਦਾ ਪ੍ਰਧਾਨ, ਅਖੰਡ ਪੰਜਾਬ ਦਾ ਪ੍ਰਧਾਨ, ਇੱਥੋਂ ਆ ਕੇ 1.5 ਲੱਖ ਦੇ ਉੱਤੇ ਇਲੈਕਸ਼ਨ ਜਿੱਤੂਗਾ, ਜਿੱਤੂਗਾ। ਵੀਰੋ ਆਖਰੀ ਇੱਕ ਜੁਮਲਾ ਛੱਡ ਦਿਆਂ ਕਿ ਨਾ ਛੱਡਾਂ, ਛੱਡਦੇ ਆ ਫਿਰ ਲੈ ਫਿਰ ਆਇਆ ਫਿਰ ਤੋਪ ਵਾਂਗੂ ਆਇਆ, ਤੁਸੀਂ ਸਾਡੇ ਤੇ ਹੋਪ ਰੱਖੀ ਆ, ਅਸੀਂ ਹੋਪ ਨੂੰ ਤੋਪ ਸਮਝਦੇ, ਤੋਪ ਸਭ ਤੋਂ ਵੱਡੀ। ਲਓ ਸੁਣ ਲਓ ਫਿਰ, ਜਿਵੇਂ ਅੱਗਾਂ ਦੇ ਢੇਰਾਂ ਨੂੰ ਕੋਈ ਖਾ ਨਹੀਂ ਸਕਦਾ, ਪ੍ਰਿਥਵੀ ਨੂੰ ਉੱਚਾ ਉਠਾ ਨਹੀਂ ਸਕਦਾ, ਸਾਗਰਾਂ ਨੂੰ ਜਿੱਦਾਂ ਕੋਈ ਹਿਲਾ ਨਹੀਂ ਸਕਦਾ, ਸਾਗਰਾਂ ਨੂੰ ਜਿੱਦਾਂ ਕੋਈ ਸਕਾ ਨਹੀਂ ਸਕਦਾ, ਪਰਬਤ ਹਿਮਾਲਾ ਜਿੱਦਾਂ ਕੋਈ ਹਿਲਾ ਨਹੀਂ ਸਕਦਾ, ਸੂਰਜ ਨੂੰ ਫੂਕਾਂ ਮਾਰ ਬੁਝਾ ਨਹੀਂ ਸਕਦਾ, ਉਸੇ ਤਰ੍ਹਾਂ ਗੁਰਦਾਸਪੁਰ ਦੀ ਸੀਟ ਦੇ ਉੱਤੇ ਇਹਨਾਂ ਯੋਧਿਆਂ ਦੇ ਕੈਪਟਨ ਸਾਹਿਬ ਦੇ ਰਹਿੰਦੇ ਕਾਂਗਰਸ ਦੀ ਤਾਕਤ ਨੂੰ ਕੋਈ ਤਬਾਹ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ, ਬਸ ਖਤਮ।